ਲੈ ਬਾਹਰ ਖੋਲ ਕੇ ਆਵਾਂ। ਬੂ ਮੈਂ ਮਰ ਜਾਂ, ਬਾਹਰ ਤਾਂ ਸਪੱਟ ਪਿਆ, ਇਹ ਵੀ ਸੁੱਤਾ ਪਿਆ, ਉਹ ਵੀ ਦੋਹੇ ਜੀ ਮੈਨੂੰ ਲੱਗਦਾ ਪਏ ਆ ਹਜੇ। ਬੇ ਮਰਨਿਆ, ਬੇ ਥੱਲੇ ਉੱਤਰ, ਰੁੜ ਜਾਣਿਆ। ਨੀ ਕੀ ਲੜ ਗਿਆ, ਤੜਕੀ ਤੜਕੀ ਕਿਉਂ ਖੋਰੂ ਪਾਲ ਕੇ? ਲੜੇ ਤੇਰੇ ਨਾਲੇ ਤੇਰੀ ਪੁਸ਼ਪਾ ਦੇ, ਰੁੜ ਜਾਣਿਆ। ਬਾਹਰ ਸਪੱਟ ਪਿਆ, ਬੇ ਆਪਣੇ ਤਾਂ ਘਰੇ ਚੋਰੀ ਹੋ ਗਈ। ਹੂ ਹੈ ਚੋਰੀ ਹੋ ਗਈ? ਆ ਜਾ ਆ ਜਾ, ਮੁਰਨੇ ਥੱਲੇ ਉੱਤਰ ਕੇ ਆ, ਤੇਰਾ ਤਾਂ ਪੁੱਛਦੀ ਆ ਮੈਂ ਗੋਤ। ਮੇਰੇ ਸਦਾਏ ਕਿਵੇਂ ਚੋਰੀ ਹੋ ਗਈ ਹੈ? ਹਾਏ ਮੈਂ ਮਰ ਜਾ, ਕੀ ਕਰਾਂਗੇ। ਨੀ ਕੀ ਹੋ ਗਿਆ, ਕਾਹਦੀ ਹੋ ਗਈ ਚੋਰੀ? ਬੇ ਹੁਣ ਆ ਕੀ ਤੇਰੇ ਜਨਦਿਆਂ ਨੂੰ ਰੋਨੀ ਆ, ਨਾ ਤੁਹਾਨੂੰ ਕਿਸੇ ਨੇ ਮੱਤ ਦਿੱਤੀ ਆ ਕਿ ਨਾ ਮੋਟੀ ਮੱਤ ਵਾਲਿਓ। ਬਾਰ ਕਿਹਨੇ ਲਾਉਣਾ ਸੀ ਬੇ? ਹੈ ਬਾਰ ਕਿਹਨੇ ਲਾਉਣਾ ਸੀ? ਨਹੀਂ ਬਾਰ ਤਾਂ ਮੈਂ ਲਾਉਣਾ ਸੀ, ਮੈਂ ਤਾਂ ਲਾ ਕੇ ਚਾਬੀ ਕਿੱਲੇ ਟੰਗ ਕੇ ਗਿਆ ਜਿੰਦਾ। ਬੇ ਤੂੰ ਭੁੱਲ ਗਿਆ ਹੋਏਗਾ, ਮੂਤ ਪੀ ਕੇ ਤੈਨੂੰ ਕੀ ਯਾਦ ਰਹਿੰਦਾ ਹੈ? ਨੀ ਮੈਂ ਕਾਹਨੂੰ ਮੂਤ ਪੀਨਾ, ਜਿੱਦੇ ਦੀ ਪੁੱਸ ਪਾਈ ਹੈ, ਮੈਂ ਤਾਂ ਹੁਣ ਪ੍ਰੇਮੀ ਬਣਿਆ ਖੜਿਆ, ਹੁਣ ਨੀ ਮੈਂ ਪੀਂਦਾ ਮੂਤ ਮਾਤ। ਆਹੋ ਪੀਂਦਾ ਮੂਤ ਮਾਤ, ਫਿਰ ਬਾਹਰ ਕਿਹਨੇ ਖੁੱਲਾ ਛੱਡਿਆ? ਮੈਨੂੰ ਕੀ ਪਤਾ, ਉਹ ਜੱਗਾ ਆ ਗਿਆ ਹੋਊਗਾ ਕਿਤੇ, ਮੇਰਾ ਸਾਲਾ ਘਰੇ ਨੀ ਲੈਟਰਿੰਗ ਪੈਦਾ, ਟੋਬੇ ਕਨੀ ਬਾਹਰ ਜਾਂਦਾ ਉਹ ਵੀ। ਬੇ ਰੋਣਿਆ ਰੋਣਿਆ, ਉਹ ਤਾਂ ਤੇਰੇ ਭਣੂਏ ਨੂੰ ਕਬਜੀ ਹੋ ਰਹੀ ਆ, ਮੈਂ ਉੱਥੇ ਵੀ ਜ਼ੋਰ ਲਾ ਲਾ ਸਾਲਾ। ਬਾਰ ਕੌਣ ਖੋਲ ਗਿਆ? ਉਹ ਮੇਰੇ ਸਾਲਿਓ, ਮੈਨੂੰ ਐ ਦੱਸੋ, ਉਹ ਜੇ ਬਾਰ ਖੋਲਤਾ ਤੁਸੀਂ ਡਾ ਦੋ, ਇਹ ਚ ਕਦੀਆ ਕਲੇਸ਼ ਪਾਉਣ ਦੀ ਕੀ ਲੋੜ ਆ? ਤੂੰ ਨਾ ਆਏ ਕਰ, ਜਾ ਕੇ ਪਹਿਲਾਂ ਮੂੰਹ ਧੋ ਲੈ, ਤੇਰੀਆਂ ਤਾਂ ਅੱਖਾਂ ਨੀ ਖੁੱਲੀਆਂ ਹਜੇ ਤੱਕ। ਰੋਣਾ ਇਹ ਮੂੰਹ ਕਿੱਥੋਂ ਧੋ ਲਾ, ਮੈਂ ਤਾਂ ਹੁਣ ਜੰਗਲ ਬਣੀ ਗਿਆ ਦੀ, ਮੈਂ ਤਾਂ ਹਜੇ ਹੱਥ ਨੀ ਧੋਤਿਆ। ਮੈਂ ਮਰ ਜਾ, ਪੋਸੇ ਹੋ ਜਾ, ਦੇਖ ਲਾ ਉਹ ਤੜਕੀ ਕਲੇਸੀ ਕਿਵੇਂ ਲੱਗ ਰਹੇ ਨੇ ਕਰਨਾ ਦੱਸੋ। ਮੈਂ ਤਾਂ ਐ ਸੋਚੀ ਜਾਨੀ ਆ, ਮੇਰੀ ਗੱਲ ਸੁਣ ਲਾ ਬਾਈ ਜੀ, ਮੈਨੂੰ ਜ਼ਿੰਮੇਦਾਰੀ ਦੇ ਕੇ ਗਿਆ ਸੀ ਘਰ ਦੀ, ਆਏ ਵੀ ਨਹੀਂ ਪਤਾ ਆਪਾਂ ਨੂੰ ਤਾਂ ਘਰੇ ਹੈ ਕੀ ਕੁਛ ਸੀ ਤੇ ਕੀ ਕੁਛ ਕੋਈ ਚੱਕ ਕੇ ਲੈ ਕੇ ਗਿਆ। ਹੂ ਮੈਨੂੰ ਤਾਂ ਸੌ ਲੱਗੇ, ਸੋਚ ਪਾਤੀ ਤੁਸੀਂ। ਉਹ ਸਾਲੇ ਕੁੱਤੜਿਓ, ਦੇਖਤਾ ਲੋ ਵੀ ਚੋਰੀ ਹੋਈ ਵੀ ਹੈ ਕਿ ਨਾ, ਕੋਈ ਚੀਕਾ ਮਾਰੀ ਜਾਂਦੇ ਹੋ। 500 ਰੁਪਏ ਤੇਰੇ ਦੀ ਉੱਥੇ ਕਿਤੇ ਉਹ ਵੀ ਨਾ ਲੈ ਗਏ ਹੁਣ। ਲੈ ਆ, ਨੰਗ ਕੋਲ ਕਦੇ 100 ਰੁਪਇਆ ਨਹੀਂ ਹੁੰਦਾ, ਸਾਲਾ 500 ਦਾ ਹੋਇਆ। ਮੈਨੂੰ ਪੱਕੀ, ਮੈਨੂੰ ਪੱਕੀ ਗਰੰਟੀ ਹੈ ਵੀ ਤੁਸੀਂ ਦੋਹਾਂ ਜੀਆਂ ਨੇ ਖੁੱਲਾ ਛੱਡਿਆ, ਤੇਰੀ ਪੁਸ਼ਪਾ ਨੂੰ ਸੱਤ ਉਹਨੇ ਪੱਕਾ ਛੱਡਿਆ। ਪੁਸ਼ਪਾ ਓਏ ਭੈਣ ਚੋ, ਪੁਸ਼ਪਾ ਘਰ ਬਾਰ ਦੀ ਮੇਰੇ ਸਾਲੇ ਨੂੰ ਸੋਚ ਨੀ ਹੈਗੀ, ਪੁਸ਼ਪਾ ਦੀ ਸੋਚ ਪੈ ਗਈ। ਦੇਖ ਲਾ ਰੋਣਾ ਕਿਵੇਂ ਜਾਂਦਾ ਟਟੀਰੀ ਬਣਿਆ ਉਹਦੇ ਮਗਰ ਨੂੰ ਹੈ, ਜੇ ਕਹਿਤਾ ਪੁਸ਼ਪਾ ਨੂੰ ਪੁੱਛ ਲੈ, ਵੀ ਇਹਨੂੰ ਥੱਲੇ ਲਿਆ ਬੂਦਲ ਜੀ ਨੂੰ ਪੁੱਛਾਂ ਮੈਂ। ਮੈਂ ਦੇਖ ਕੇ ਮਨਾਵਾਂ, ਭਾਈ ਇੱਧਰ ਆ ਜਾ ਮਰਨਾ। ਹਾਏ ਪੁਸ਼ਪਾ, ਹਾਏ ਪੁਸ਼ਪਾ, ਰੱਬਾ ਸੁੱਖ ਰੱਖੀ ਰੱਬਾ ਪਰਮਾਤਮਾ। ਤੂੰ ਇੱਧਰ ਆ, ਇੱਧਰ 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 ਮਾਮਿਆ ਇੱਧਰ। ਓਹੋ ਤੈਨੂੰ ਤਾਂ ਹੱਥ ਲਾਉਣ ਨੂੰ ਜੀ ਨਹੀਂ ਕਰਦਾ, ਮਰਨਿਆ ਗੂੰਹ ਵਾਲੇ ਹੱਥ ਤਾਂ ਧੋ ਲਿਆ ਕਰ, ਰੁੜ ਜਾਣਾ। ਮੈਂ ਤੈਨੂੰ ਆਏ ਕਹਿੰਦੀ ਹਾਂ, ਤੂੰ ਉੱਤੇ ਜਾ ਕੇ ਕੀ ਬੜੇਵੇਂ ਲੈਣੇ ਆ, ਅਗਲੀ ਕਿਵੇਂ ਨਾ ਕਿਵੇਂ ਪਈ ਹੋਵੇ ਹੈ, ਅਗਲੀ ਦਾ 100 ਪਰਦਾ ਹੁੰਦਾ। ਮੈਂ ਇੱਧਰ ਮਰਨੇ, ਉੱਤਰ 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 ਥੱਲੇ ਮਾਰ ਕੇ ਚਪਲੀ ਦਾ ਸਿਰ ਖੋਲ ਦੂੰ। ਤਰਦ ਮਾੜੇ ਜੇ ਗੱਲ ਵਿੱਚ ਚਪਲੀ ਕੱਢ ਕੇ ਖੜ ਜਾਂਦੀ ਆ, ਕੱਢਣੀ ਨਹੀਂ ਮਰਨਾ। ਤਰ ਪਾ ਰੋਣਾ ਨਾ ਹੋਵੇ ਤਾਂ। ਮੈਨੂੰ ਇਹ ਦੱਸ, ਮੈਨੂੰ ਇਹ ਦੱਸ ਹੈ, ਤੂੰ ਕਰਨ ਜਾਣਾ ਕੀ ਸੀ ਉੱਤੇ? ਇਹ ਮੈਂ ਤਾਂ ਕੋਟ ਨੇ ਦੇਖਦਾ ਵੀ ਮਹਾਂ ਕਿਤੇ ਕੰਜਰ ਦੀ ਕੋਈ ਉਨੀਕੀ ਨਾ ਹੋ ਗਈ ਉਹਦੇ। ਦੇਖ ਲੈ ਦੇਖ ਲੈ, ਨਾ ਆਏ ਫਿਕਰ ਨਹੀਂ ਹੈਗਾ ਵੀ ਮੇਰੀ ਤੀਵੀ ਦੀ ਕੋਈ ਚੀਜ਼ ਨਾ ਚੱਕੀ ਗਈ ਹੋਵੇ, ਕਹੀ ਤਾਂ ਉਦੀਕੀ ਨਾ ਹੋ ਗਈ ਹੋਵੇ। ਬੇ ਇੱਥੇ ਤਾਂ 36-37 ਤੋਂ ਗੱਲ ਟੱਪੀ ਪਈ ਹੈ, ਨਾ ਉਹਦੇ ਕੋਲ ਹੈ ਕੀ ਜਿਹੜਾ ਕੋਈ ਚੱਕ ਕੇ ਲੈ ਜੂਗਾ।
ਉਹ ਤੇਰੇ ਬਾਪ ਨੇ ਕੀ ਬਿਸਪਾ ਸਕੂਟਰ ਧਲੀ ਮੈਨੂੰ ਦੱਸਿਆ ਹੈ ਉਹ ਤਾਂ ਮੇਰਾ ਵਾਲਾ ਲੰਗੜ ਦੀ ਲੰਗੜ ਤੂੰ ਆ ਗਈ ਤੈਨੂੰ ਦੱਸ ਕੀ ਚੱਕੇ ਜਾਊ ਤੇਰਾ ਅੱਛਾ ਮੇਰੇ ਪਿਓ ਨੇ ਕੁਛ ਨੀ ਦਿੱਤਾ ਮੈਂ ਵੀ ਲੰਗੜ ਆ ਹਨਾ ਜਵਾ ਸੱਚ ਤੇਰੇ ਹੱਥ ਤਾਂ ਮੈਂ ਲਾਉਣਾ ਨੀ ਹੁਣ ਤੇਰੀ ਚੱਪਲਾਂ ਨਾ ਪ੍ਰੇਗ ਕਰੂ ਚੱਪਲਾਂ ਨਾ ਕਰੂ ਚੱਪਲਾਂ ਨਾ ਕਰੂ ਲੋੜਨੇ ਆ ਜਿਹੜੇ ਘਰ ਚ ਹੁਣ ਤੂੰ ਬੈਠਾ ਤੈਨੂੰ ਮੁਫਤ ਦਾ ਘਰ ਕਿਹਨੇ ਦਵਾਇਆ ਦੱਸ ਕਿਹਨੇ ਦਵਾਇਆ ਦੱਸ ਕਿਹਨੇ ਦਵਾਇਆ ਹੈ ਆਹ ਸਾਰੇ ਪਸ਼ੂ ਢਾਂਡੇ ਕਿਹਨੇ ਦਵਾਏ ਬਸ ਦੱਸ ਕਿਹਨੇ ਦਵਾਏ ਦੱਸ ਮਾਰਨੇ ਆ ਇੱਕ ਮੈਂ ਦੇਖ ਕੇ ਥੋੜਾ ਜਿਹਾ ਕੱਟਾ ਹੋਰ ਕੀ ਦੱਸ ਗਈ ਤਾਂ ਪੂਜਣਾ ਦੋ ਮੱਜਾ ਮੱਜੇ ਮੱਜੇ ਕਿਹ ਜਾਣਾ ਮੁਰ ਜਾਣਾ ਓ ਪੱਤੇ ਗਏ ਬਾਈ ਵੇ ਮੇਰੀ ਗੱਲ ਸੁਣ ਬੇ ਮੇਰੀ ਚੂੜੀ ਵੀ ਹੈਗੀ ਐ ਸਿਆਉਣੀ ਦੀ ਉਹ ਤਾਂ ਮੈਂ ਦੇਖ ਲਈ ਆਹਦੇ ਆ ਵੀ ਮੇਰੇ ਹੈਗੇ ਹਨਾ ਤਾਂ ਕੰਨਾਂ ਚ ਸੀ ਤੇ ਜਿਹੜੇ ਤੂੰ ਮੈਨੂੰ ਲਿਆ ਕੇ ਦਿੱਤੇ ਸੀ ਉਹ ਹਨਾ ਵੱਡੇ ਵੱਡੇ ਜੇ ਉਹ ਵੀ ਹੈਗੇ ਆ ਮੈਨੂੰ ਤਾਂ ਆਈ ਸੀ ਕਿਤੇ ਚੱਕ ਕੇ ਨਾ ਲੈ ਗਈ ਹੋਵੇ ਤੂੰ ਇੰਨੀ ਪਿਆਰ ਸੱਤਰ ਰੁਪਏ ਤੇ ਬੇ ਰੁੜ ਜਾਣੇ ਸੱਤਰਾਂ ਦੇ ਆਏ ਸੀ 700 ਦੇ ਤੇ 70 ਦਾ ਜਮਾਨ ਤਿਲਕ ਗਈ ਮੇਰੀ ਬੇ ਮੈਂ ਤਾਂ ਉਹਨਾਂ ਨੂੰ ਆਏ ਸਾਂਭ ਸਾਂਭ ਕੇ ਲਵੇਟ ਲਵੇਟ ਲੱਖੀ ਜਾਨੀ ਆ ਜਿਵੇਂ ਉਹ 7000 ਦੇ ਹੁੰਦੇ ਆ ਇਹ ਤੇਰਾ ਕੁਛ ਲੱਗਦਾ ਮੈਨੂੰ ਤੂੰ ਐਂ ਦੱਸ 700 ਦੇ ਕਿਨੇ ਹੋਰ ਕੀ 70000 ਦੇ ਆਣ ਜੀ ਮੇਲੇ ਚੋਂ ਕੀ ਸੋਨੇ ਦੇ ਮਿਲਦੇ ਨੇ ਨਕਲੀ ਹੁੰਦੇ ਨੇ ਉਹ ਤਾਂ ਫੈਸ਼ਨ ਵਾਸਤੇ ਫੈਸ਼ਨ ਵਾਸਤੇ ਨਾਲੇ ਹੋਰ ਕੁਛ ਚੱਲ ਖਸਮਾਂ ਨੂੰ ਖਾ ਗਿਆ ਨਾ ਤੇਰੇ ਪੈਸੇ ਪੂਸੇ ਕਿੱਥੇ ਆ ਮੇਰਾ ਤਾਂ ਆਪ 2500 ਜਾਂਦੀ ਹੋਈ ਚੱਕ ਲੈਂਦੀ ਫੇਰ ਨਾਲੇ ਚੋਰੀ ਫੜੀ ਗਈ ਤੇਰੀ ਨਾ ਤੂੰ ਤਾਂ ਕਹਿੰਦਾ ਸੀ 500 ਰੁਪਇਆ ਮੇਰੇ ਕੋਲੇ ਆ ਸਵੇਰੇ ਤੂੰ ਵਡੇਰੇ ਦੇ ਸਾਹਮਣੇ ਕਿਹਾ ਨੀ
ਓ ਮੇਰਾ ਸਾਰੋ ਓ ਮੇਰਾ ਕੀ ਲੈ ਕੇ ਜਾਊਗੀ ਓ ਤਾਂ ਆਪੇ ਬਾਕੀ ਓ ਰੱਬਾ ਮੈਂ ਕੀ ਮਾੜਾ ਕਰਤਾ ਸੀ ਤੇਰਾ ਦੇਖ ਲਾ ਲੱਛਣ ਇਹਦੇ ਕਿਵੇਂ ਭੈਣ ਪਾਉਂਦਾ ਹੁੰਦਾ ਕੁਛ ਨੀ ਚੱਕਿਆ ਗਿਆ ਬਾਈ ਮੇਰਾ ਉਹ ਜਿਵੇਂ ਕੁਛ ਨੀ ਲੈ ਗਈ ਮੇਰੇ ਬਟੂਏ ਚ 50 ਰੁਪਏ ਪਏ ਤੇ ਉਹ ਵੀ ਬਟੂਏ ਚ ਪਏ ਨੇ ਇੰਨੀ ਵੀ ਚੀਜ਼ ਨੀ ਹੱਲੀ ਇੰਨੀ ਵੀ ਨੀ ਜੀਤੋ ਖਰਚਾ ਦੇ ਨਾ ਤੂੰ ਬਗਾਨੀ ਤੀਨੀ ਦੀ ਕਿਵੇਂ ਸ਼ੈ ਕਰਦਾ ਮੈਂ ਤਾਂ ਕਦੇ ਆਪਦੀ ਦੀ ਸ਼ੈ ਨੀ ਕਰੀ ਬਗਾਨੀ ਦੀ ਰੌਲਾ ਤਾਂ ਆਹੀ ਹੈ ਇੱਥੇ ਇੱਥੇ ਆ ਕੇ ਵਿਗੜਦਾ ਸਾਰਾ ਕੁਛ ਹੈ ਨੀ ਸੀ ਤੁਹਾਡੀ ਦੋਹਾਂ ਭਰਾਵਾਂ ਦੀ ਕਰਤੂਤ ਇਹਦਾ ਵੀ ਰੌਣੇ ਦਾ ਉਹੀ ਕਰਤਾ ਤੂੰ ਜੇ ਗੱਲ ਸੁਣ ਲਾ ਜੀਤੋ ਮੇਰੇ ਘਰ ਵਾਲੀ ਹੁੰਦੀ ਨਾ ਜਿਵੇਂ ਆ ਗੱਲਾਂ ਜੀਆਂ ਸਹੀ ਜਾਂਦਾ ਮੈਂ ਪਾੜਦਾ ਨਾ ਬਚਾ ਲੋ ਇਹ ਚ ਹੈ ਨੀ ਦੇਖ ਲਾ ਕੀ ਸਿਖਾਇਆ ਤੇਰੀ ਮਾਂ ਨੇ ਇਹਨੂੰ ਗੱਲ ਸੁਣ ਲੈ ਜਿੱਤੋ ਮੇਰੀ ਮਾਂ ਨੂੰ ਵਿੱਚ ਨਾ ਲੈ ਕੇ ਆਈ ਨਾਲੇ ਤੂੰ ਸੱਚ ਮੈਂ ਤਾਂ ਤੁਹਾਡੇ ਕੰਜਰ ਕਲੇਸ਼ ਚ ਐ ਭੁੱਲ ਗਈ ਮੈਂ ਤਾਂ ਬਾਈ ਜੀ ਦਾ ਕਮਰਾ ਦੇਖ ਕੇ ਆਉਣਾ ਸੀ ਉੱਥੇ ਦੇਖ ਕੇ ਆਵਾਂ ਐਵੇਂ ਲਾਂਬੇ ਨੂੰ ਥਾਂ ਹੋ ਜਾਊਗਾ ਮੈਨੂੰ ਓਹੋ ਜਿੱਤੋ ਬਾਈ ਜੀ ਵਾਲੇ ਕਮਰੇ ਚ ਤਾਂ ਅਸੀਂ ਪੈਂਦੇ ਤੇ ਉੱਥੇ ਚੋਰੀ ਕਿਵੇਂ ਹੋ ਜਾਊ ਭਲਾ ਬਾਕੀ ਉਹ ਚੋਰੀ ਕਰਕੇ ਗਈ ਹੈ ਘਰੋਂ ਨੀ ਜਿੱਤੋ ਇੰਨੀ ਮਾਰੀ ਨੀ ਤੀ ਉਹ ਇੰਨੀ ਚੰਗੀ ਵੀ ਨੀ ਤੀ ਓਏ ਉਹ ਕੰਜਰਾ ਚੋਰੀ ਨੀ ਕਰਕੇ ਗਈ ਉਹਨੂੰ ਤਾਂ ਚੋਰ ਲੈ ਗਏ ਨੇ ਚੋਰ ਚੋਰ ਲੈ ਕੇ ਜਾਣ ਨੂੰ ਉਹ ਪਾਰਸ ਦੀ ਬੱਤੀ ਸੀ ਵੀ ਜਿਹਨੂੰ ਚੋਰ ਲੈ ਗਏ ਓਏ ਮੇਰੇ ਤਾਂ ਜੀਏ ਨੀ ਕਰਦਾ ਉਹ ਕਮਰੇ ਚ ਵੜਨ ਨੂੰ ਸਾਲਾ ਵੱਡੂ ਗਾਉਂ ਕਰਦਾ ਹੈਗਾ ਉਹ ਸੋਨੂੰ ਕਿਹੜਾ ਕੋਈ ਫਿਕਰ ਹੈ ਚੱਲ ਮੈਂ ਮਾਰਦਾ ਗੇੜਾ ਗੂੜਾ ਬਾਹਰ ਦੇਖਦਾ ਕਿਸੇ ਪਾਸੇ ਕੋਈ ਮਿਲੇ ਜਾਵੇ ਚੂਹੇ ਨੂੰ ਚੱਲ ਮੇਰੀ ਗੱਲ ਕਰਦਾ ਵੀ ਮੈਨੂੰ ਵੀ ਦੁੱਖਾ ਪੁਸਪਾ ਦਾ ਤੈਨੂੰ ਕੱਲੇ ਨੂੰ ਹੈ ਸਮਝਦੀ ਨਹੀਂ ਕੀ ਕਿਹਾ ਮਹਾ ਸਾਨੂੰ ਕੀ ਦੁੱਖ ਹੈ ਲੰਘ ਗਈ ਭਰਾ ਮੈਂ ਤੈਨੂੰ ਪਤਾ ਬੋਲਿਆ ਕੁਛ ਹੋਰ ਸੀ ਮੈਂ ਜੈ ਕੋੜਨੇ ਮਹਾ ਸਾਨੂੰ ਕੀ ਤੂੰ ਬੋਲਿਆ ਕੁਛ ਹੋਰ ਸੀ ਮੈਂ ਤੈਨੂੰ ਕਿਹਾ ਵੀ ਤੂੰ ਮਰ ਜੇ ਜਾ ਤੂੰ ਕਿਹਾ ਮੈਨੂੰ ਵੀ ਦੁੱਖ ਹੈ ਮਰਨਿਆ ਪੈ ਜਾਣਾ ਨਾ ਹੋਵੇ ਤਾਂ ਇਹਨਾਂ ਨੂੰ ਮੇਰੇ ਸਾਲਿਆਂ ਨੂੰ ਕਿਹੜਾ ਕੋਈ ਫਿਕਰ ਹੈ ਕੰਜਰਾਂ ਨੂੰ ਚਲੋ ਮਿੱਤਰਾ ਤੈਨੂੰ ਇਹ ਦੇਖਣੀ ਪਊਗੀ ਕਿੱਧਰ ਗਈ ਕਿੱਧਰ ਨਾ ਚੱਲ ਕਿਸੇ ਨੂੰ ਪੁੱਛ ਪੜਤਾਲ ਕਰਦੇ ਹਾਂ ਕਿਸੇ ਨੂੰ ਕਿੱਦਾਂ ਮਾੜੀ ਮੋਟੀ ਉੱਗ ਸੁੱਗ ਹੋਵੇ ਹਾਏ ਇਹਨਾਂ ਦਾ ਮੇਰੇ ਸਾਲਿਆਂ ਨੂੰ ਸਮਕਾ ਵਧੀਆ ਵੀ ਬਾਗੀ ਨਹੀਂ ਹਿੱਸਾ ਬਣਾਉਂਦੀ ਵਿੱਚੋਂ ਕੰਜਰ ਦੇਖ ਹੁਣ ਕਿਵੇਂ ਕਰਦੇ ਨੇ ਕਦੇ ਉਹਦੇ ਚੱਪਲਾਂ ਮਾਰਦੀ ਹੈ ਕੱਟ ਕਦੇ ਉਹਦੇ ਮੇਰੇ ਸਾਲੇ ਜੇ ਅਣਖੇ ਨਹੀਂ ਹੈਗੀ ਵੀ ਢਾਲਾ ਤਾਂ ਇਹਨੂੰ ਬੱਕਰੇ ਜਿਉਂ ਕਿੱਧਰ ਗਈ ਹਾਏ ਓਏ ਰੱਬਾ ਜਾਨ ਦੁੱਖਾਂ 'ਚ ਪਾ ਗਈ ਓਏ ਇੱਦਾਂ ਦਾ ਨਾ ਆਂ ਦੀ ਕੋੜ ਨੇ ਆ ਪੰਗੇ ਤਾਂ ਨਾ ਕਰਨੇ ਪੈਂਦੇ
ਉਹ ਚਾਦਰਿਆ ਕਿਵੇਂ ਗਰਦਨ ਜੀ ਡਿੱਗੀ ਹੋਣਾ ਕੀ ਹੋ ਗਿਆ ਬਾਈ? ਉਹ ਗਰਦਨ ਤਾਂ ਬਾਈ ਡਿੱਗਣੀ ਓ ਪੈਂਦੀ ਹੈ, ਕੀ ਕਰਾਂ? ਕੀ ਹੋ ਗਿਆ ਉਹ ਬਾਈ? ਤੂੰ ਐ ਪੁੱਛ ਹੋਇਆ ਕੀ ਨੀ? ਉਹ ਕੀ ਹੋ ਗਿਆ ਦੱਸ ਤਾਂ। ਉਹ ਬਾਈ ਮੇਰੀ ਬਹੂ ਚੋਰੀ ਹੋ ਗਈ। ਬਹੂ ਚੋਰੀ ਹੋ ਗਈ? ਐ ਕਿਵੇਂ ਚੋਰੀ ਹੋ ਗਈ? ਲੈ ਚੋਰ ਜੇ ਮੈਨੂੰ ਦੱਸ ਕੇ ਆਵੇ ਵੀ ਐ ਕਿਵੇਂ ਹੋ ਗਈ, ਮੈਂ ਫਿਰ ਆਉਣ ਦਿੰਦਾ ਭਲਾ? ਉਹ ਯਾਰ ਤੂੰ ਛੜਾ ਬੰਦਾ, ਤੇਰਾ ਵਿਆਹ ਕਿਹੜੇ ਵੇਲੇ ਹੋ ਗਿਆ? ਉਹ ਬਾਈ ਉਹ ਦੋ ਦਿਨੇ ਹੋਏ ਤੇ ਹਜੇ ਤਾਂ ਆਈ ਨੂੰ ਏ, ਉਹ ਪਤਾ ਨੀ ਕੀ ਹੋਇਆ ਰਾਤੋ ਰਾਤ, ਮੈਂ ਤਾਂ ਤੜਕੇ ਉੱਠਦੇ ਹੀ ਪਤਾ ਲੱਗਿਆ ਵੀ ਆਹ ਬਣ ਕੀ ਗਿਆ। ਓਏ ਦੋ ਦਿਨ ਤੇਰੇ ਵਿਆਹ ਹੋਏ ਨੂੰ ਹੋਏ ਨੇ, ਕੰਜਰ ਦਿਆਂ ਤੈਨੂੰ ਨੀਂਦ ਕਿਵੇਂ ਆ ਗਈ? ਓਏ ਜੇ ਤੂੰ ਸੌਂ ਵੀ ਗਿਆ ਤੀ ਤਾਂ ਇੰਨੀ ਗੂੜੀ ਨੀਂਦ ਕਿਵੇਂ ਆ ਗਈ ਤੈਨੂੰ, ਜਿਹੜਾ ਕੋਈ ਬਹੂ ਚਾਕੀ ਲੈ ਗਿਆ? ਓ ਬਾਈ ਮਾੜੇ ਦਿਨਾਂ ਦੀ ਨਿਸ਼ਾਨੀ ਤੀ, ਉਹ ਮੇਰਾ ਕਿਤੇ ਜੀ ਕਰਦਾ ਤੀ ਮੈਂ ਸੌ ਜਾ, ਸਾਲਾ ਜਦੋਂ ਪੁੱਠੇ ਦਿਨ ਚੱਲ ਪੈਣਾ ਬਾਈ ਆਹੀ ਬਣਦੀ ਆ। ਓਏ ਕੱਜਦਿਆ ਤੇਰੇ ਨਾਲ ਮਾੜੀ ਕਾਹਨੂੰ ਹੋਣੀ ਸੀ, ਜੇ ਕਿਤੇ ਤੂੰ ਚੱਜ ਦੀ ਖੁਰਾਕ ਖਾਂਦਾ ਖਾਂਦਾ ਪਹਿਲਵਾਨ ਬੱਕਰੇ ਦਾ ਚਾਰ, ਨਾਲੇ ਤਾਂ ਅਗਲੀ ਰਹਿੰਦੀ, ਨਾਲੇ ਤੈਨੂੰ ਨੀਂਦ ਨੀ ਆਉਣੀ ਸੀ। ਓ ਭਾਈ ਤੂੰ ਤਾਂ ਗੱਲਾਂ ਦਾ ਲੈਣਾ ਸਵਾਦ, ਮੈਂ ਤਾਂ ਦੇਖਦਾ ਭਲਾ ਕਿਸੇ ਪਾਸੇ ਜੇ ਮਿਲ ਜੇ। ਨਾ ਦੇਖ ਲੈ ਦੇਖ ਲੈ ਕਿਵੇਂ ਬੇਫਿਕਰੀ ਨਾਲ ਲਿਟਿਆ ਪਿਆ, ਪਾਣੀ ਨਾ ਪਾ ਦਾ, ਨਹੀਂ ਪਾਣੀ ਨੀ ਪਾਉਂਦੀ, ਇਹਨੂੰ ਤਾਂ ਮੈਂ ਜਗਾਉਣੀ ਆ, ਨਾਲੇ ਚੱਜ ਨਾਲ ਅੱਖਾਂ ਖੁੱਲਣਗੀਆਂ। ਨਾ ਰੜ ਜਾਣਿਆ ਫੜਾ ਹੋ ਤੈ ਜਾਣਾ, ਨਾ ਹੋਰ ਤੈਨੂੰ ਕੋਈ ਕੰਮ ਕਾਰ ਨੀ। ਇਹ ਹੁਣ ਕੀ ਸੱਪ ਲੜਦਾ? ਦੁਬਾਰੇ ਪੈ ਜਾ ਮੁੱਦਾ, ਪੈ ਜਾ ਮੁੱਦਾ, ਪੈ ਜਾ ਪੈ ਜਾ ਪੈ ਜਾ। ਹਾਂ ਕਿਉਂ ਪੈ ਗਿਆ, ਕਿਉਂ ਪੈ ਗਿਆ, ਮਰਨੇ ਆ ਪੈਣੇ, ਪੈ ਜਾ। ਨਹੀਂ ਪੈਂਦਾ ਪੜੋ, ਕਾ ਤੋਂ ਕੀ ਹੋ ਗਿਆ, ਸਾਰਾ ਕੰਮ ਧੰਦਾ ਨਵੇੜ ਕੇ ਬਿੰਦੂ ਪਿਆ ਜੀ, ਕੰਮ ਧੰਦਾ ਨਵੇੜ ਕੇ ਨਾ ਜਿਹੜਾ ਹੁਣ ਨਿਕਲਿਆ ਵਿਆ ਉਹਦੇ ਮਗਰ ਮਰਲਾ। ਹੁਣ ਮੈਂ ਕਿਹਦੇ ਨਾਲ ਨਿਕਲ ਜਾ? ਬਡੇਰੂ ਉਦੋਂ ਦਾ ਗਿਆ ਵੈ, ਜੇ ਤੂੰ ਨਾ ਉੱਤਾ ਕੀਤਾ ਨਾ ਪਹਿਲਾਂ ਤਾਂ ਦੂਜੀ ਲਿਆਂਦੀ ਸੀ, ਜੇ ਉਹ ਨਾ ਥਿਆਈ ਥੂਈ ਤੀਜੀ ਪੱਕਾ ਲੈ ਕੇ ਆਊ। ਦੇਖ ਲਾ ਹੁਣ ਕਹਿੰਦੀ ਉਹਦੀ ਜਨਾਨੀ ਮਗਰ ਵਗ ਜਾ, ਜਦੋਂ ਜਾਂਦਾ ਸੀ ਉਦੋਂ ਕਹਿੰਦੀ ਕਿਉਂ ਜਾਣਾ ਕਿਉਂ ਜਾਣਾ। ਆਹ ਆਹ ਹੁਣ ਦੁਬਾਰੇ ਬੋਲੀ ਕਿਹਦੇ ਮਗਰ ਕਿਹਾ, ਕਿਹਦੇ ਮਗਰ ਕਿਹਾ? ਜਿਵੇਂ ਤੂੰ ਕਹਿੰਦੀ ਉਵੇਂ ਆ, ਮੈਂ ਨਾ ਰੁੜ ਚਣਾ ਫਿਰ ਕੁੰਗਾ ਮੈਨੂੰ ਕੱਟਦੀ ਆ ਕੱਟਦੀ ਆ ਕੱਟਦੀ ਆ ਕਰਦੇ। ਇਹ ਕਾਨੂੰ ਮਾਰੀ ਜਾਂਦੀ ਆਪਣਾ, ਦੇਖਣ ਵਾਲੇ ਕੀ ਕਹਿਣਗੇ ਵੀ ਆਪਦੇ ਘਰ ਵਾਲੇ ਨੂੰ ਇਹ ਸਮਾਰੀ ਜਾਂਦੀ ਆ। ਸਮਾਰਦੀ ਹੋਈ ਐ, ਵਿਗਾੜਦੀ ਤਾਂ ਨੀ, ਨਾਲੇ ਰਹੀ ਗੱਲ ਦੇਖਣ ਵਾਲਿਆਂ ਦੀ, ਨਾ ਅੱਗੇ ਤੇ ਕਿਹੜਾ ਇੱਜ਼ਤ ਦੇ ਇੱਥੇ ਟੌਰੇ ਲੱਗੇ ਵਿਆ, ਤੈਨੂੰ ਜਾਣਦਾ ਕੌਣ ਇੱਥੇ ਪਿੰਡ 'ਚ? ਹਜੇ ਜਾਣ ਪਛਾਣ ਹੋਈ ਏ ਨਹੀਂ, ਪੈ ਉਈ ਮੋਜਾ ਆਣ ਲੱਗ ਗਿਆ, ਮੈਨੂੰ ਤਾਂ ਲੱਗਦਾ ਉਰੀ ਜਨਮ ਲਿਆ ਆਪਾਂ ਨੇ। ਜਨਮ ਦਵਾਵਾਂ ਤੈਨੂੰ ਜੇ ਨਾ ਲਿਆ ਹੋਵੇ? ਐਡੀ ਨਿਰਦਈ ਨਾ ਬਣ, ਨਿਰਦਈ ਨਾ ਬਣ। ਓਏ ਮੇਰਾ ਜੀ ਕਰਦਾ ਛਿੱਤਰ ਦੇਣਾ ਤੇਰੇ ਮੂੰਹ 'ਚ, ਬਈ ਤੁਸੀਂ ਦੋਹੇ ਭਲਾ ਮੇਰੀ ਕਿਸਮਤ 'ਚ ਕਿਉਂ ਧਰੇ ਪਏ ਸੀ? ਉਹ ਰੋਣਾ ਤੁਸੀਂ ਜੇ ਫੂਕਿਆ ਹੁੰਦਾ ਟਾਈਮ ਨਾਲ ਵਿਆਹਿਆ ਹੁੰਦਾ, ਕਾਣੂ ਗਲੀਆਂ 'ਚ ਹਿਲ ਹਿਲ ਕਰਦਾ ਫਿਰਦਾ। ਜੇ ਤੂੰ ਇੱਕ ਦੀ ਜਗ੍ਹਾ ਤੇ ਤੁਸੀਂ ਦੋਹੇ ਭੈਣਾਂ ਉਰੇ ਕਿਸਮਤ 'ਚ ਲਿਖੀਆਂ ਜਾਂਦੀਆਂ, ਛੜਾ ਤਾਂ ਕਿਧਰੇ ਧੱਕੇ ਖਾਂਦਾ, ਉਹਦਾ ਵੀ ਇੱਧਰੇ ਕਰਦਾ ਦੇ ਪਰ ਇਸੇ ਨੂੰ ਫਿਰ। ਨਾ ਮੈਂ ਤੁਹਾਡੇ ਘਰੇ ਹੈਗੀ ਆ, ਬੱਸਦੀ ਆ, ਉਹ ਤੈਨੂੰ ਉਹ ਨਹੀਂ ਹੁੰਦਾ, ਰਾਸ ਨਹੀਂ ਹੈਗਾ ਇਕੱਲੇ ਨੂੰ,
ਦੂਜੀ ਲਿਆਵਾ, ਦੂਜੀ ਭੈਣ ਸਰਜੂ ਲੈ ਕੇ ਆਵਾ। ਮਰਨਾ, ਗੱਲ ਸੁਣ ਲੈ ਮੇਰੀ, ਜਾ ਕੇ ਉਹਦਾ ਕੋਈ ਉੱਤਾ ਉੱਤਾ ਕਰ ਲੈ, ਮੈਨੂੰ ਲੱਗਦਾ ਵੀ ਉਹ ਚੰਦ ਚੜਾ ਕੇ ਆਊਗਾ। ਤੀਜੀ ਉਦੀ ਚੜ ਗਏ ਦੀ ਜਿੱਦੇ ਤੇਰੇ ਨਾਲ ਫੇਰੇ ਲੈ ਲੈਂਦੇ। ਕੀ ਲੈ ਸੀ ਤੂੰ? ਇਹ ਮਹਾਰਾਜ ਦੇ ਕੰਚਲੇ ਦਾ ਛਿੱਤਰ ਖਾਣ ਵਾਲਾ ਫੱਲਾ ਤਾਂ ਆਪ ਕਰਦਾ, ਸਾਰੀ ਜੁੱਤੀ ਆਪ ਕਰਦਾ, ਆਪ ਕਰਦਾ ਜੁੱਤੀ ਤੋੜਾ ਨਾ ਤਾਂ ਹੋਰ ਕੀ ਕਰਾਂ, ਰੋਣਾ ਨਾ ਹੋਵੇ ਤਾਂ। ਹਾਏ 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 ਹੋਏ, ਮੇਰੇ ਸਾਲਕਣੇ ਦੀ ਵੱਡਾ ਛੋਟਾ ਵੀ ਨਹੀਂ ਦੇਖਦੀ, ਮਾਰ ਮਾਰ ਮੇਰੇ ਤਾਂ ਚਿੱਤਰ ਸਜਾ ਤੇ। ਚੌੜੀ ਨੀ ਕਟਵਾ ਕਟਵਾ ਜ਼ੋਰ ਲਾ ਰੱਖਿਆ ਇਹਨੂੰ, ਭਾਲ ਕੇ ਲਿਆਵਾਂ ਪਹਿਲਾਂ। ਪਤਾ ਨੀ ਕਿੱਧਰ ਨਿਕਲਿਆ ਹੋਊ ਮੇਰਾ ਸਾਲਕਣਾ, ਵੀ ਤੂੰ ਘਰੇ ਖੜਚਾ ਦੱਸ ਆਂਦਾ ਦੇਖ ਲਾ ਪਹਿਲਾਂ ਪਾਉਂਦਾ, ਇਹਨੂੰ ਪੁੱਛੋ ਤੇ ਪਹਿਲਾਂ। ਉਹ ਧੰਨ ਭਾਗ ਸਾਡੇ ਜਿਹੜੇ ਦਰਸ਼ਨ ਹੋਏ ਤੁਹਾਡੇ, ਹੈ ਮੇਰਾ ਸਾਲਕਣਾ ਕਿੱਧਰ ਲੰਘ ਗਿਆ ਤੂੰ? ਇਹ ਓਏ ਭਾਈ ਹੁਣ ਤੈਨੂੰ ਪਤਾ ਨਹੀਂ ਗਾ, ਮੈਂ ਮੇਰੀ ਬਹੂ ਨੂੰ ਦੇਖਣ ਗਿਆ ਸੀ, ਤੂੰ ਤਾਂ ਨਹੀਂ ਮੇਰੇ ਮਗਰ ਗਿਆ ਵੀ ਚੱਲ ਭਾਈ ਭਾਈ ਨਾਲ ਬਾਗ ਚੱਲਾ, ਬਹੂ ਥਹਿ ਜੂਗੀ ਮਾੜੀ ਮੋਟੀ ਕਿਸੇ ਪਾਸੇ। ਓਏ ਜੇ ਉਹਨੇ ਰਹਿਣਾ ਹੁੰਦਾ ਮੇਰਾ ਸਾਲਿਆ, ਉਹ ਲੰਘਦੀ ਕਾਹਨੂੰ ਕਲੈਣੀ, ਤੂੰ ਉਹ ਕਾਹਨੂੰ ਫਰਦਾ ਕਰਦਾ ਇਹ ਟੱਕਰਾਂ ਮਾਰਦਾ। ਓ ਭਾਈ ਕੀ ਕਰਾਂ, ਜੀ ਨਹੀਂ ਲੱਗਦਾ, ਅੱਜ ਹੀ ਨੀ ਲੱਗਦਾ, ਜਿਹਦੇ ਹੈਗੀ ਆ ਲੱਗਦਾ ਤਾਂ ਉਹਦਾ ਵੀ ਨੀ, ਉਹ ਕਿਹੜਾ ਲੱਗਣ ਦੀਆਂ ਨੇ। ਚਲੋ ਉਹ ਤਾਂ ਠੀਕ ਹੈ, ਮੇਰੀ ਤਾਂ ਜਾਨ ਦੁੱਖਾਂ 'ਚ ਜਿਹੜੀ ਗੱਲ ਤੋਂ ਪੈ ਰਹੀ ਹੈ ਪੈ ਰਹੀ ਹੈ, ਤੂੰ ਕਾਹਤੋਂ ਐਂ ਜੇ ਹੋ ਰਿਹਾ ਇਕੱਠਾ ਜਿਹਾ? ਉਹ ਮੈਂ ਕਾਹਨੂੰ ਇਕੱਠਾ ਜਿਹਾ ਹੋ ਰਿਹਾ, ਤੈਨੂੰ ਪਤਾ ਤਾਂ ਹੈਗਾ ਕੰਜਰਾਂ ਦਿਆ, ਉਹ ਮੈਨੂੰ ਆ ਕਬਜ਼ੀ ਜੀ ਉਰੀ ਦੀ, ਮੈਂ ਤਾਂ ਉਹਦੇ ਮਾਰਾ ਹੋ ਰਿਹਾ। ਚੱਲ ਤੂੰ ਦੱਸ ਆ, ਉਹਦੀ ਮਿਲੀ ਸੂਸ ਆ ਕੋਈ ਕਿ ਨਾ? ਨਾ ਬਾਈ ਉਹ ਨਹੀਂ ਮਿਲੀ, ਸਾਰੇ ਗੇੜੇ ਦੇ ਕੇ ਮਰੇ। ਕੋਈ ਨਾ ਸਿਆਣਾ ਮਾਣਾ, ਤੂੰ ਐਂ ਕਰ ਕੰਜਰਾਂ ਦਾ, ਜੇ ਭਾਈ ਤੂੰ ਤਾਂ ਬਾਲੀ ਹੋਆ, ਤੂੰ ਆਹ ਨਾ ਕੰਜਰ ਖਾਨਾ ਮੇਰੇ ਵਾਲਾ ਕਲੰਕ, ਮੇਰੀ ਗੱਲ ਨੂੰ ਸਿਆਪਾ ਭਾਈ ਆਹੀ ਸਾਂਭਲਾ। ਉਹ ਕੰਜਰਾਂ ਦਿਆ, ਜੇ ਤੂੰ ਪਹਿਲਾਂ ਮਰਲਾਂ ਦਾ, ਮੈਂ ਕਾਹਨੂੰ ਆ ਬਿੱਡਣੇ ਬਿੜਦਾ, ਮੈਨੂੰ ਕੀ ਲੋੜ ਤੀ ਆ ਬਾਈਆਂ ਰਾਣੀਆਂ ਦੇ ਮਗਰ ਧੱਕੇ ਖਾਣ ਦੀ? ਰੱਜੇ ਤਾਂ ਇਹੋ ਜਿਹੇ ਕੰਮ ਨਾਲੋ ਯਾਰ, ਤੂੰ ਆਪਦਾ ਜੀਤੋ ਨਾਲ ਜਾ ਕੇ ਗੱਲ ਕਰ ਲੈ, ਕਹਿੰਦੇ ਭਾਈ ਤੂੰ ਦੱਸ ਕਹਦੇ, ਮੈਂ ਤਾਂ ਤੇਰੇ ਲੜੇ ਲਾ ਦਿੰਦੇ, ਮੈਂ ਤਾਂ ਨਾ ਹੀ ਕਰਾਉਂਦਾ। ਉਹ ਮੈਂ ਐਂ ਕਹਿੰਦਾ ਸੀ ਹਾਂ ਵੀ ਜੀਤੋ ਮੰਨ ਜੂ। ਲੈ ਮੰਨੀ ਕਿਹੜੀ ਆ ਪਤੰਦਰਾ, ਤੂੰ ਜਾ ਕੇ ਪੁੱਛਦਾ, ਉਹ ਤਾਂ ਅਗਲੀ ਐਂ ਚਾਹੁੰਦੀ ਆ ਵੀ ਇਹ ਕਿਹੜਾ ਮੂੰਹ ਚੋਂ ਹੰਗਾਰਾ ਭਰੇ। ਗੱਲ ਪੱਕੀ ਹੈ ਤੇਰੀ? ਜਮਾ ਪੱਕੀ ਹੈ, ਜਾ ਕੇ ਦੇਖ ਲਾ ਭਾਵੇਂ ਫਿਰ ਤੂੰ ਹਜੇ ਮੇਰੇ ਮਗਰ ਰਾਈ, ਮੈਨੂੰ ਸਪੀਡ ਨਾ ਜਾਣ ਦੇ। ਹਾਂ ਤੂੰ ਚੱਲ ਆ ਮੇਰੇ ਸਾਲਕਣਿਆ, ਮੇਰੇ ਤਾਂ ਹਜੇ ਸੋਜਾ ਉਤਰਿਆ ਵੀ ਨਹੀਂ, ਹੁਣ ਤੇਰੇ ਚਲੂ ਮੈਂ ਵੀ ਲੁੱਕ ਕੇ ਦੇਖੂ। ਚੱਲ ਗਿਆ ਲੈ ਲੈ, ਉਈ ਚਦਰਿਆ ਤੂੰ ਤਾਂ ਬਈਆਂ ਰਾਣੀ ਪਿੱਛੇ ਫਰੀ ਗਿਆ, ਆਹ ਦੇਖ ਲੈ ਕਿੰਨੀ ਗੋਰੀ ਚਿੱਟੀ ਆ ਜੀਤੋ। ਲੈ ਮੇਰਾ ਸਾਲਾ ਜੇ ਜੱਗਾ ਮੈਨੂੰ ਪਹਿਲਾਂ ਦੱਸਦਾ ਹੁੰਦਾ ਨਾ ਵੀ ਆਹ ਗੱਲ ਹੈ, ਲੋੜ ਹੀ ਨਹੀਂ ਪੈਣੀ ਤੀ ਆ ਭਕਾਈ ਕਰਨ ਦੀ। ਤਾਂ ਲੈ ਦੇਖਦੇ ਹਾਂ ਭਲਾ ਚਤਰਿਆ ਤੇਰੇ ਤਾਂ ਬਣ ਕੇ ਕੁੱਟਦੇ ਬੈਂਗਣ। ਆਏ ਹਾਏ ਓਹੋ ਬੇ ਮਸਾਂ ਅੱਖ ਲੱਗੀ ਸੀ। ਨਹੀਂ ਜੀਤੋ ਹੁਣ ਅੱਖ ਲਾਉਣ ਦਾ ਟਾਈਮ ਹੈ ਭਲਾ, ਲੱਗੀ ਵਾਲੇ ਤਾਂ ਕਦੇ ਨਹੀਂ ਅੱਖ ਲਾਉਂਦੇ, ਨਹੀਂ ਤੇਰੀ ਕਿਵੇਂ ਅੱਖ ਲੱਗ ਗਈ? ਨਾ ਬੇ ਤੂੰ ਕਹਿੰਦਾ ਅੱਖ ਨਹੀਂ ਲਾਉਂਦੇ, ਹੁਣ ਨੀਂਦ ਦੀ ਗੋਲੀ ਲਈ ਵੀ ਅੱਖ ਤਾਂ ਲੱਗਣੀ ਸੀ, ਨਾਲੇ ਆ ਤੂੰ ਮੈਨੂੰ ਪੁੱਛ ਪੇ ਕਰ ਕਰਕੇ ਨਾ ਮੇਰਾ ਸੌਂ ਲੱਗੇ, ਦਿਮਾਗ ਚੱਕਤਾ ਦੋਹੇ ਭਰਾਵਾਂ। ਨਹੀਂ ਗੱਲ ਸੁਣ ਲੈ ਜੀਤੋ, ਮਾਰ ਗੋਲੀ ਭਰਾ ਪੁਸਪਾ ਪਸਪਾ ਨੂੰ, ਗੱਲ ਸੁਣ ਲੈ ਜੇ ਤੂੰ ਆਹ ਗੱਲ ਨਾ ਮੈਨੂੰ ਪਹਿਲਾਂ ਦੱਸਦਾ ਦੀ ਲੋੜ ਹੀ ਨਹੀਂ ਪੈਣੀ ਦੀ ਆ ਕੁੱਤੇ ਭਕਾਈ ਕਰਨ ਦੀ। ਨਾਲੇ ਇੱਕ ਹੋਰ ਹੈ, ਉਹ ਜੱਗੇ ਨੂੰ ਕੀ ਲੋੜ ਤੀ ਭਕਾਈ ਕਰਨ ਦੀ, ਤੂੰ ਸਿੱਧੀ ਮੇਰੇ ਨਾਲ ਹੀ ਕਰ ਲੈਂਦੀ ਉਹ ਗੱਲ।
ਕਿਹੜੀ ਗੱਲ ਕਰੀ ਆ ਮੈਂ ਚੱਕੇ ਨਾ ਇਹ ਜੀ? ਓਹੋ, ਓਏ ਉਹੀ ਸੀਰ ਪਾਉਣ ਵਾਲੀ। ਸੀਰ ਪਾਉਣ ਵਾਲੀ ਨਹੀਂ, ਉਹੀ ਗੱਲ ਸਾਂਝੀ ਸਾਂਝੀ ਵਾਲੀ ਗੱਲ। ਅੱਛਾ, ਲੈ ਮੇਰਾ ਵੀ ਦਿਮਾਗ ਨਾ ਸੌਂ ਲੱਗਿਆ ਪੁਸ਼ਪਾ ਦੀਆਂ ਗੱਲਾਂ ਕਰ ਕਰਕੇ, ਤੁਸੀਂ ਮੇਰਾ ਚੱਕਤਾ। ਉਹੀ ਗੱਲ ਕਰਦਾ ਜਿਹੜਾ ਉਦੋਂ ਆਪਾਂ ਕਿੱਲਾ ਲੈਣ ਦੀ ਸੋਚਦੇ ਸੀ ਵੀ ਸਾਂਝਾ ਲੈ ਲਾਂਗੇ। ਕਿਹੜਾ ਕਿੱਲਾ? ਲੈ ਨਾਲੇ ਆਪ ਹੀ ਤਾਂ ਹੁਣ ਕਹੀ ਜਾਂਦਾ ਵੀ ਸਾਂਝੀ ਸਾਂਝੀ ਵੀ ਜ਼ਮੀਨ। ਆਪਾਂ ਉਦੋਂ ਸੋਚਿਆ ਤਾਂ ਸੀ ਵੀ ਦੋਹੇ ਭਰਾ ਸਾਂਝੀ ਰੱਖ ਲਿਓ ਭਾਈ, ਜਿੰਨਾ ਚਿਰ ਤੇਰਾ ਵਿਆਹ ਨਹੀਂ ਹੁੰਦਾ। ਊਂ ਇੱਕ ਗੱਲ ਤਾਂ ਹੈਗੀ ਆ ਹਨਾ ਜੀਤੋ, ਹਜਾ ਮੈਂ ਜੇ ਪਾਈ ਜਾਂਦੀ ਆ ਤੂੰ ਵੀ। ਕਿਹੜੀ ਗੱਲ? ਸਿੱਧੀ ਸਿੱਧੀ ਗੱਲ ਦੱਸ ਮੈਨੂੰ। ਸਿੱਧੀ ਉਹ ਦੱਸਦਾ ਮੈਂ ਤੈਨੂੰ, ਉਹ ਜੱਗਾ ਕਹਿੰਦਾ ਤੀਆ ਵੀ ਜੀਤੋ ਕਹਿੰਦੀ ਹੈ ਵੀ ਊਂ ਫਿਰਦਾ ਕੁੱਤੇ ਪਕਾਈ ਕਰਦਾ ਵੀ ਆਪਾਂ ਸਾਂਝੀ ਤੀਵੀਂ ਰੱਖ ਲੈਂਦੇ ਹਾਂ। ਸਾਂਝੀ ਤੀਵੀਂ ਰੱਖ ਲੈਂਦੇ ਹਾਂ, ਅੱਧੀ ਮੇਰੀ ਅੱਧੀ ਜੱਗੇ ਦੀ। ਤੀਵੀਂ ਕਿਹੜੀ ਆ ਉਹ? ਤੀਵੀਂ ਕਿਆ ਹੁਣ ਬਾਹਰੋਂ ਲਿਆਵਾਂਗੇ, ਉਹ ਤਾਂ ਜਿਹੜੇ ਧੱਕੇ ਖਾਣੇ ਦੇ ਖਾ ਲੇ ਬਾਹਰ। ਤੇਰੀ ਗੱਲ ਕਰਦੇ ਤੇ। ਅੱਛਾ, ਜੱਗੇ ਨੇ ਤੈਨੂੰ ਕਿਹਾ ਵੀ ਆਪਾਂ ਜੀਤੋ ਨੂੰ ਸਾਂਝੀ ਰੱਖ ਲੈਂਦੇ? ਮੈਂ ਤਾਂ ਹੀ ਕਹਿੰਦੀ ਵੀ ਉਹਦੇ ਲੋਵੇ ਲੋੜ ਕੀ ਤੀ ਪਕਾਈ ਕਰਨ ਦੀ, ਤੂੰ ਮੇਰੇ ਨਾਲ ਸਿੱਧੀ ਗੱਲ ਕਰ ਲੈਂਦੀ ਭਲਾ। ਜੱਗੇ ਨੇ ਕਿਹਾ ਨਾ ਤੈਨੂੰ? ਜੱਗੇ ਨੇ ਕਿਹਾ ਮੈਨੂੰ। ਹਾਏ ਮੈਂ ਮਰ ਜਾ, ਤੂੰ ਬੈਠ, ਮੈਂ ਤੇਰੇ ਵਾਸਤੇ ਪਿੰਨੀਆਂ ਬਣਾਈਆਂ ਸੀ ਖੋਏ ਦੀਆਂ। ਹੈ ਮੈਂ ਉੱਧਰ ਨਾ ਪਸ਼ੂ ਵਾਲੇ ਪਾਸੇ ਉੱਧਰ ਉਹ ਕਰਕੇ ਖੁਆਰ ਲਾ ਕੇ ਉੱਥੇ ਹੀ ਰੱਖੇ ਕੜਾਹੀ ਚ, ਤੇ ਮੈਂ ਲੈ ਕੇ ਆਉਣੀ ਆ। ਚੰਗਾ ਠੀਕ ਹੈ। ਹੋਰ ਲੈ ਫਿਰ, ਹੁਣ ਜੱਗੇ ਵਾਲੀ ਥਾਂ ਤੇ ਤਾਂ ਹੁਣ ਤੂੰ ਹੈ। ਇੱਥੇ ਇੱਥੇ ਹੋਰ ਲਾ ਮੇਰੇ ਸਾਲਕਣੇ ਦੇ ਮੱਛਰਿਆ ਫਿਰਦਾ ਦੀ, ਜਦੋਂ ਮੇਰੇ ਪੁੜੇ ਕੁੱਟਦੇ ਤੇ ਸਾਲਾ ਦੇਖਦਾ ਦੀ ਚਾਂਬਲਦਾ ਦੀ, ਕਹਿੰਦਾ ਜਨਾਨੀ ਤੂੰ ਘੁੱਟ ਖਾਂਦਾ, ਚੱਕ ਤੈਂ ਵੀ ਕਰ ਲਈ ਪ੍ਰਸਿੱਧੀ ਹਾਸਲ, ਮੇਰਾ ਸਾਲਾ ਹੋਰ ਮਾਰ, ਆਏ ਆਏ ਪੈਂਦੀ ਹੈ ਤੱਕ, ਹੋਰ ਲਾ ਆ ਮਾਰ ਵੱਖੀ ਜਾ, ਆਏ ਨੀ ਤੋੜ, ਹੋਰ ਲਾ ਸਾਲੇ ਦੀ, ਲੈ ਆ ਗਿਆ ਤਾਂ ਉਰੀ ਆਉਂਦਾ, ਇੱਧਰ ਹੋ ਜਾਣੇ। ਤੂੰ ਹੀ ਕਹਿਤੀ ਬਈ ਮੇਰਾ ਵਿਆਹ ਕਰਾਉਣਾ ਵਿਆਹ ਕਰਾਉਣਾ, ਹੁਣ ਮੈਂ ਉਹਨੇ ਹਾਮੀ ਭਰਤੀ ਹੈ ਉਹ ਕਰਤੀ, ਹਾਂ ਹਾਂ ਕੰਜਰ ਦੇ ਨੇ ਮੇਰਾ ਮਾਰ ਮਾਰ ਪੁੜੇ ਸਜਵਾਤੇ। ਕੰਜਰ ਦਾ ਦੱਸਦਾ ਬੰਦਾ ਬੁਰਾ ਲੱਗਦਾ, ਪਹਿਲਾਂ ਮੈਂ ਸਜਵਾ ਕੇ ਆਇਆ, ਉਹ ਤੂੰ ਹੀ ਨੀ ਬਹੂ ਬਹੂ ਕਰੀ ਜਾਂਦਾ ਦੀ, ਹੈ ਲੈ ਲਈ ਬਹੂ ਕਾਹਨੂੰ ਹੁੰਦੀਆਂ ਨੇ ਚੋਚਲੀਆਂ ਮੋਚਲੀਆਂ, ਇਹ ਤਾਂ ਵਿਆਹਲਾ ਲੱਡੂ ਜੀ ਨੇ ਖਾ ਲਿਆ ਉਹ ਵੀ ਪਛਤਾਉਂਦਾ, ਜਿਹੜਾ ਨਾ ਖਾਵੇ ਉਹ ਵੀ ਪਛਤਾਉਂਦਾ, ਹੁਣ ਤੂੰ ਆਪ ਸਿਆਵ ਲਾ ਲਾ, ਦੱਸ ਕੀ ਬੰਦਾ ਸੁੱਖ ਭੋਗ ਲੂਆ, ਐਂ ਤੇ ਤਰੋਟਦੀ ਹੈ। ਉਹ ਮੈਂ ਤਾਂ ਹੀ ਕਹਿੰਦਾ ਤੀਆ ਵੀ ਕੰਜਰਾਂ ਦੇ ਆ, ਮੈਂ ਤਾਂ ਨਾ ਖਾਧਾ ਨਾ ਪਛਤਾਇਆ, ਹੁਣ ਮੈਂ ਦੱਸ ਕੀ ਕਰਾਂ, ਕਹਿੰਦਾ ਮੈਂ ਸੀਨ ਦੀ ਛੱਤਰ ਖਾਈ ਜਾਂਦਾ, ਸਮਝ ਨਹੀਂ ਆਉਂਦੀ ਵੀ ਹੋ ਪੈਸੇ ਲੈ ਕੇ ਖਾ ਲਾ ਭਾਈ, ਹੈ ਹੋਰ ਮੈਂ ਕੀ ਕਰ ਸਕਦਾ, ਪਹਿਲਾਂ ਤੇਰੇ ਉੱਥੋਂ ਪਹਿਲਾਂ ਮੈਂ ਜਾ ਕੇ ਆਇਆ, ਮੇਰੇ ਨਾਲ ਵੀ ਇਹੀ ਬਣੀ ਸੀ, ਮੈਂ ਤੂੰ ਐਂ ਤਾਂ ਸਮਝਣਾ ਨੀ, ਮੈਂ ਫਿਰ ਐਂ ਸਮਝਾ ਪੈਂਦੇ ਦਿਨ ਬਸ ਸਮਝ ਗਿਆ ਭਾਈ ਹੁਣ ਤਾਂ ਮੈਂ, ਉਹ ਕਿਵੇਂ ਰੁਕੇ ਜੇ ਮਾਰ ਰਹੀ ਆ ਓਏ,
ਇਹ ਕੀ ਕਰਾਊਗੀ ਹੁਣ? ਉਹ ਪਤਾ ਨੀ ਭਾਈ ਕੀ ਕਰਾਊਗੀ, ਸੁਣਿਆ ਜਾ ਕੇ ਜਾ। ਨਾ ਨਾ ਚਤਰਾ ਤੂੰ ਲੱਗ ਮੂਰੇ। ਉਹ ਮੈਂ ਤਾਂ ਲੱਗ ਕੇ ਦੇਖ ਲਿਆ ਭਾਈ ਤੈਨੂੰ। ਇੱਥੋਂ ਪਹਿਲਾਂ ਮੈਂ ਵੀ ਲੱਗ ਕੇ ਆਇਆ, ਮੈਂ ਵੀ ਦੇਖ ਲਿਆ ਉਹਦਾ ਘਰ ਕੀਦਾ ਕਹਿੰਦੇ ਉਹ। ਹਾਂ ਦੇਖ ਲਾ, ਉਰੋਂ ਲਿਜਾਊਗੀ ਫਿਰ। ਓਏ ਉਹਦੇ ਮੂਹਰੇ ਤਾਂ ਤੂੰ ਲੱਗਿਆ ਹੋਇਆ, ਤੂੰ ਲੱਗ। ਤੂੰ ਚੱਲ ਮੂਹਰੇ, ਲੈ ਮੈਂ ਖਾਮ ਖਾਈ ਚੱਲਾ। ਚੱਲ ਤੂੰ ਚੱਲ ਗਿਆ, ਬਹਿ ਕੇ ਪਹਿਲਾਂ ਤੂੰ ਲੈ, ਮੈਂ ਉਹੀ ਮੂਹਰੇ ਲੱਗੀ ਜਾਵਾਂ। ਚੱਲ ਤੂੰ ਬੈਂਤੀ, ਮੈਂ ਤਾਂ ਲੋੜ ਨਹੀਂ ਮੈਨੂੰ ਤਾਂ। ਬੇ ਤੁਹਾਨੂੰ ਸੁਣਦਾ, ਆ ਜਾਓਗੇ? ਲੱਗਦੀ ਤਾਂ ਮੈਨੂੰ ਚਿੱਠੀ ਹੋਈ ਹੈ, ਰੱਖ ਕੇ ਵੀ ਉਹੀ। ਬੇ ਆ ਜਾਓ ਕਿ ਮੈਂ ਆਵਾਂ ਤੁਹਾਨੂੰ ਲੈਣ, ਪੈਰਾਂ ਨੂੰ ਤੁਹਾਡੇ ਮਹਿੰਦੀ ਨਹੀਂ ਲੱਗੀ, ਦੇਖ ਲੈ ਕਿਵੇਂ ਆਉਂਦੇ ਹੋ ਹੌਲੀ ਹੌਲੀ ਮਰਨੇ। ਬੇ ਹਾਂ ਇੱਥੇ ਕੀ ਕਰਦੇ ਹੋ, ਅੰਦਰ ਆ ਜਾਓ। ਕੀ ਕਰਾਂ, ਮਰ ਜਾਓ। ਕੀ ਹੋ ਗਿਆ ਕੋਟਨੇ, ਕਿਉਂ ਪੈਰਾਂ ਥੱਲੇ ਅੱਗ ਮਚਾ ਰੱਖੀ ਆ? ਮੇਰੇ ਤਾਂ ਕੋਈ ਨੀ ਪੈਰਾਂ ਥੱਲੇ ਅੱਗ, ਮੇਰੇ ਤਾਂ ਦਿਮਾਗ 'ਚ ਅੱਗ ਮੱਚੀ ਜਾਂਦੀ ਆ ਜਿਹੜਾ ਤੁਸੀਂ ਦੋਹਾਂ ਜਣਿਆਂ ਨੇ ਚੱਕ ਰੱਖਿਆ। ਇਹ ਹੁਣ ਸਮਝਾ ਵੀ ਦੇ ਵੀ ਕੀ ਹੋ ਗਿਆ। ਮੈਨੂੰ ਬਥੇਰਾ ਬਿਲਕੀ ਸੀ, ਬਥੇਰਾ ਪਿੱਟੀ ਸੀ ਵੀ ਇਹਨਾਂ ਦੇ ਕਮਰੇ 'ਚ ਦੇਖ ਲੈ ਕੁਛ। ਇਹਨਾਂ ਦੇ ਕਮਰੇ 'ਚ ਗਈ ਸੀ ਮੈਂ। ਨਹੀਂ ਜੀਤੋ, ਤੂੰ ਸਾਡੇ ਕਮਰੇ 'ਚ ਕੀ ਲੈਣ ਗਈ ਸੀ? ਕਿਆ ਜਾ ਨਹੀਂ ਸਕਦੀ, ਚੀਜ਼ਾਂ ਦੇਖਣ ਗਈ ਸੀ ਵੀ ਹੈਗੀਆਂ ਕਿ ਨਾ ਸਾਰੀਆਂ। ਲੈ ਸਣੀ ਗੱਲ ਆ ਬਈ, ਸਣੀ ਗੱਲ ਆ, ਨਾ ਹੈਗੀਆਂ ਨੇ ਹੁਣ ਤਾਂ ਚੀਜ਼ਾਂ ਤਾਂ ਹੈਗੀਆਂ, ਪਰ ਉੱਥੇ ਮੈਨੂੰ ਚਿੱਠੀ ਮਿਲੀ ਆ ਇੱਕ। ਆ ਦੇਖ ਲੈ, ਚੌਰਾ ਲੋਕਾਂ ਦੀਆਂ ਤੀਵੀਆਂ ਨੂੰ ਮੈਨੂੰ ਲੱਗਦਾ ਚਿੱਠੀਆਂ ਲਿਖਣ ਲੱਗ ਗਿਆ ਹੋਣਾ। ਹੁਣ ਉਹ ਤਾਂ ਭਾਈ ਇਹ ਜਾਣੇ ਜਾਂ ਰੱਬ ਜਾਣੇ। ਉਹ ਚਿੱਠੀਆਂ ਲਿਖਣ ਨੂੰ ਮੈਂ ਕਿੱਧਰੋਂ ਬੀਐਡ ਕਰਖੀ ਆ ਵੀ ਮੈਨੂੰ ਚਿੱਠੀਆਂ ਲਿਖਣੀਆਂ ਆਉਂਦੀਆਂ ਨੇ। ਹਾਂ ਇਹ ਕੋਟਰੇ ਦਾ ਬੜਾ ਸਾਲ ਘਣਾਨ ਪੜਾ, ਸਕੂਲ ਤਾਂ ਕਦੇ ਗਿਆ ਨਹੀਂ। ਉਹਨਾ ਭਰਾ ਚਿੱਠੀ ਤੂੰ, ਉਹਨਾ ਭਰਾ ਮੈਂ ਪਹਿਲਾਂ ਮੈਂ ਪੜੂੰਗੀ, ਆਏ ਕਿਵੇਂ ਦੇਵਾਂ ਤੈਨੂੰ ਚਿੱਠੀ? ਤੁਸੀਂ ਦੋਏ ਨਾ ਪੜੋ, ਮੈਂ ਪੜਦਾ ਨਾ ਭਾਈ, ਹੋਰ ਕੀ ਗੱਲ ਆ। ਤੂੰ ਟੇਕਾ ਲੱਗਦਾ ਲੱਭੀ ਮੈਂ, ਹੈ ਪੜੋਗੇ ਤੁਸੀਂ? ਓਏ ਮੇਰੀ ਚਿੱਠੀ ਤੂੰ ਕਿਵੇਂ ਪੜਦਾ ਜੀ? ਸੋ ਸਾਡਾ ਪੜਦੇ ਦੀ ਗੱਲ ਹੁੰਦੀ ਆ, ਪੜਾ ਨਾ ਪੜਦੇ ਨੂੰ, ਪੜਦੇ ਨੂੰ ਇਹ ਜੀ ਗੱਲ ਕੀ ਆ ਪਹਿਲਾਂ ਮੈਨੂੰ ਦੱਸ। ਮੈਨੂੰ ਲੱਗਦਾ ਜੀ ਇਹਦੀ ਮਿਲੀ ਭੁਗਤ ਹੋਊਗੀ। ਆਪਾਂ ਨੂੰ ਪਤਾ ਨਹੀਂ ਹੋਣਾ, ਬਾਈ ਜੀ ਦੇ ਘਰੇ ਤਾਂ ਬਾਹਲਾ ਕੁਛ ਸੀਗਾ, ਹੋ ਸਕਦਾ ਇਹ ਚੋਰੀਆਂ ਚੋਰੀਆਂ ਇਹਨੇ ਚਕਾਇਆ। ਓਏ ਮੇਰੀ ਗੱਲ ਸੁਣ ਲੈ, ਸਿਆਣਾ ਬਣ ਜਾ ਓਏ, ਸਿਆਣਾ ਬਣ ਜਾ, ਕੁਛ ਨਹੀਂ ਇਹੋ ਜਿਹੇ ਕੰਮਾਂ 'ਚ। ਮੈਨੂੰ ਤਾਂ ਲੱਗਦਾ ਵੀ ਸਿਆਣਾ ਬਣ ਕੇ ਕਿਸੇ ਡੇਰੇ 'ਚ ਬੈਠਣਾ ਪਊ ਮੈਨੂੰ। ਦੇਖ ਲੈ ਉਵੇਂ ਕਰ ਲੈ ਜੇ ਬਣਦਾ ਭਾਈ, ਜ਼ਮੀਨ ਸਾਡੀ। ਤੂੰ ਬੈਠ ਕੇ ਤਾਂ ਦੇਖ, ਜੇ ਨਾ ਤੈਨੂੰ ਲੋਕਾਂ ਨੇ ਛਿੱਤਰਾਂ ਦੇ ਹਾਰ ਪਾਏ, ਬੱਚਾ ਬਣਿਆ ਸਿਆਣਾ ਬਣ ਨੂੰ। ਹੈ ਜਿਹੜੇ ਤੇਰੇ ਚਾਲ ਚੱਲਣ ਜਿਹਨੇ ਨਾ ਮੇਰਾ ਸਾਲ ਕਣਿਆ, ਤੇ ਤਾਂ ਬਾਬਾ ਬਣ ਕੇ ਵੀ ਨੀ ਪੂਰੀ ਪੈਣੀ, ਤੂੰ ਤਾਂ ਤੀਜੇ ਦਿਨ ਚਿੱਤੜ ਕਟਾ ਲੇਗਾ। ਚਿੱਤੜ ਤਾਂ ਚਿੱਤੜ ਬੇ, ਇਹਦੇ ਤਾਂ ਗਿੱਟਿਆਂ 'ਚ ਮੱਤ ਹੈ, ਮੈਨੂੰ ਤਾਂ ਲੱਗਦਾ ਇਹਨੂੰ ਮੱਤ ਵੀ ਨੀ ਹੈਗੀ, ਰੁੜ ਜਾਣੇ ਗਿੱਟੇ ਵੀ ਦੇਖ, ਮੇਰੇ ਹਾਲੇ ਟੰਗਾਂ ਦਾ ਦੇਖ, ਐਡੀ ਤਾਂ ਟੀਰੀ ਨੀ ਲੰਬੀਆਂ ਨੀ ਹੁੰਦੀਆਂ ਇੰਨੀ। ਉਹ ਮੈਂ ਐਂ ਕਹਿੰਦਾ ਸੀਗਾ, ਇਹਦਾ ਰੱਬ ਦੇ ਰੰਗਾਂ ਦਾ ਕੋਈ ਪਤਾ ਨੀ, ਕਿਸੇ ਨੂੰ ਕੀ ਸਵਾਦ ਹੀ ਚੁਟਕੀ 'ਚੋਂ ਕੋਈ ਮਾੜਾ ਮੋਟਾ ਬੱਚਾ ਹੋ ਗਿਆ ਨਾ, ਰੰਗਾਂ 'ਚ ਮੰਗਲ ਹੋ ਜੂ, ਮੈਂ ਤਾਂ ਲੋਕ ਆਇਆ ਕਰਨਗੇ ਮੇਰੇ ਕੋਲ, ਨਾਲੇ ਤੁਸੀਂ ਪੈਰੀ ਹੱਥ ਲਾਇਆ ਕਰੋਗੇ। ਲੈ ਲੈ ਦੇਖ ਲਾ ਇਹਨੇ ਕੀ ਕਿਹਾ, ਬੱਚਾ ਹੋ ਗਿਆ ਨਾ, ਕਿਹਦੇ ਬੱਚਾ ਹੋ ਗਿਆ ਬੇ, ਕਿਹਦੇ ਬੱਚਾ ਕਰੇਗਾ ਹੁਣ ਉਹ? ਜਿਹਨੂੰ ਮਹਾ ਉਹ ਦਊ ਮੈਂ ਸਵਾ ਉਹ। ਹਾਂ ਨਾਲੇ ਤੂੰ ਇਹਨੂੰ ਕਹਿੰਦਾ ਸੀ ਤੀਵੀਂ ਚੱਦ ਪਾਉਣ ਨੂੰ, ਨਾ ਉਹ ਕੀ ਗੱਲ ਸੀ? ਇਹ ਕੋਟ ਨੇ ਮੇਰਾ ਸਾਲਕਣਾ ਆਹ ਕਹਿੰਦਾ, ਕਹਿੰਦਾ ਜੀਤੋ, ਕਹਿੰਦਾ ਆਪਾਂ ਕਹਿੰਦਾ ਅੱਧ ਪਾ ਲੈਣੇ ਆ, ਮਹਾ ਇਹ ਜੀ ਹੈਗੇ ਜੀਤੋ, ਕਹਿੰਦਾ ਹੋਇਆ ਮਾ ਸ਼ਰਮ ਮੰਨ, ਮੈਂ ਤਾਂ ਇਹਨੂੰ ਕਹਿ ਦੀ ਕੰਜਰ ਨੂੰ। ਨਾ ਬੇਟਾ ਜਾਣਿਆ ਤੇਰੇ ਨਾਲ ਨਾ ਮੈਂ ਆਨੰਦ ਕਾਰਜ ਕਰਾਏ ਆ, ਰੁੜ ਜਾਣਿਆ ਅੱਧ ਪਾਉਣ ਨੂੰ, ਮੈਂ ਕੋਈ ਤੇਰਾ ਘਰ ਹੈ ਜਾਂ ਮੈਂ ਤੇਰੀ ਕੋਈ ਜ਼ਮੀਨ ਹੈ ਜਾਂ ਕੋਈ ਗੱਡੀ ਹੈ। ਕਿਹਾ ਜੀ ਮੈਂ ਜੀ ਕੱਟਿਆ ਗੰਜਰ ਦੇ ਆਓ ਕੁੱਤੇ ਨੂੰ, ਹੋਰ ਕੁਛ ਨੋ ਸੰਭਨ ਦਾ, ਨਾਲੇ ਤੇਰੀਆਂ ਨਾਲ ਤੇਰੀਆਂ ਮਾਰ ਕੇ ਮੁੱਕੀ। ਜਿੱਤੋਂ ਮੈਂ ਲੱਗਦਾ ਭਲਾ ਇਹ ਜਿਹਾ ਬੰਦਾ, ਇਹਦਾ ਸਾਰੇ ਇਸ ਨੇ ਭਕਾਈ ਮਾਰੀ ਸੀ, ਨਹੀਂ ਮੈਨੂੰ
ਕੀ ਲੋੜ ਤੀ ਪਕਾਈ ਬਾਹਰ ਕਰਨ ਦੀ ਜੇ ਇਹੋ ਜਿਹਾ ਕੁਛ ਕਰਨਾ ਹੁੰਦਾ। ਚੱਲ ਚੰਗਾ ਹੋਰ ਚੁੱਪ ਕਰੋ, ਮੇਰੀ ਗੱਲ ਸੁਣੋ, ਆ ਚਿੱਠੀ ਤੇ ਆਈ ਹੈ, ਆ ਪੜਤਾ ਲਵਾਂ ਤੇਰੀ ਉਹ ਪਾਣ ਦੇ, ਆ ਪਤਾ ਕੰਜਰਾਂ ਦੀ ਮੇਨ ਮੁੱਦਾ ਤਾਂ ਭੁੱਲੇ ਗਏ ਤੇ ਚਿੱਠੀ ਦਾ ਪੜਾ। ਅਰੇ ਓ ਚਤਰਾ ਜੀ ਮੇਰੀ ਬਾਤ ਸੁਣ ਰੇ, ਦੇਖ ਕਿੰਨਾ ਮਾਣ ਇੱਜ਼ਤ ਦਿੱਤਾ ਚਤਰਾ, ਬੇ ਬੇ ਕਰਕੇ ਬੋਲਦੀ ਹੈ, ਮੇਰੇ ਕੋ ਝੂਠ ਬੋਲਾ ਬੇ, ਉਹਨੂੰ ਇਹਦੀ ਕਰਤੂਤਾਂ ਪਤਾ ਲੱਗ ਗਿਆ। ਕੀ ਪਤਾ ਕੀ ਕੁਛ ਕਿਹਾ ਉਹ ਕੰਜਰ ਨੇ, ਸਾਲਾ ਮੇਰੇ ਕੋ ਥਾ ਕਿ ਤੇਰੀ ਅਲਮਾਰੀ ਮੇ ਸੋਨਾ ਪੜਾ ਹੈ। ਹਾਂ ਸਾਲਾ ਗਾਲਾਂ ਕੱਢਦੀ ਹੈ, ਹੋਰ ਕੀ ਗਾਲਾਂ ਕੱਢਦੀ ਹੈ ਤੈਨੂੰ, ਫਿਰ ਉੱਠ ਜਾਣਿਆ ਤੇਰੀ ਅਲਮਾਰੀ ਚ ਕਿਹੜਾ ਸਿਆਉਣਾ ਸੀ ਵੇ, ਨੀ ਕਾਨੂੰ ਤੀ ਸਿਆਉਣਾ, ਮਾਲਾ ਝੂਠ ਬੋਲਿਆ ਦੀ ਕਿਹੜਾ ਸਿਆਉਣਾ ਮੇਰੇ ਲਬੇ, ਗੱਪੀ ਆ ਮੇਰਾ ਸਾਲਕਣਾ, ਖੜ ਚੋ ਗਾਂ ਪੜਨ ਦੇ, ਤੇਰੀ ਅਲਮਾਰੀ ਮੇ ਸੋਨਾ ਪੜਾ ਥਾ, ਕੋਈ ਸੋਨਾ ਨਹੀਂ ਥਾ ਵਹਾਂ ਪੇ, ਮੇਰੇ ਕੋ ਝੂਠ ਬੋਲਾ ਤੂਨੇ ਔਰ ਪਾਗਲ ਬਣਾਇਆ, ਬੇਵਕੂਫ ਸੀਗੀ ਤਾਂ ਬਣੀ ਹੈ ਬੇਵਕੂਫੀ, ਪਾਗਲ ਬਣਾਉਣ ਦੀ ਕੀ ਲੋੜ ਸੀ ਤਾਂ ਆਪ ਆਪ ਹੀ ਸੀਗੀ, ਓਏ ਅੱਗੇ ਵੀ ਪੜ ਲੈ ਕਿ ਕਹਿੰਦੀ ਹੈ, ਚੁੱਕ ਨੂੰ ਚੁੱਕ ਟੱਕਰ ਗਿਆ ਕਰਦਾ ਜਿਵੇਂ ਇਹਨੂੰ ਐ ਕਿਹਾ ਹੋਊਗਾ, ਮੈਂ ਚਿਤਰਾ ਜੀ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ, ਐ ਵੀ ਕਹਿੰਦੀ ਹੈ, ਸਵਾਹ ਕਹਿੰਦੀ ਆ ਸੱਤ ਕੁੱਲਿਆਂ ਦੀ, ਉਹ ਤਾਂ ਕਹਿੰਦੀ ਆ ਵੀ ਫਿੱਟ ਲਾਣ ਤੇ ਤੇਰੇ ਤੂੰ ਮੈਨੂੰ ਝੂਠ ਬੋਲਿਆ, ਨਵਾਰੀ ਚ ਕਹਿੰਦੀ ਕੱਖ ਨਹੀਂ ਸੀ ਢਹਿ ਜਾ ਰਿਹਾ, ਕਹਿੰਦੀ ਕੰਜਰਾ ਹਾਂ ਗਾਹ ਬੋਲਦੀ ਹੈ, ਪਰ ਰਾਤ ਕੋ ਤੂਨੇ ਮੇਰੇ ਕੋ ਦਾਰੂ ਪੀ ਕੇ ਜੇ ਵੀ ਬਤਾ ਦਿਆ ਕਿ ਤੂੰ ਬਾਈ ਜੀ ਨਹੀਂ ਹੈ, ਬਾਈ ਜੀ ਸਿਆਪਾ ਖੜਾ ਆਪੇ ਕਰ ਲਿਆ ਹਨਾ, ਲੈ ਕੀ ਲੋੜ ਤੇ ਇੱਕ ਦਿਨ ਨਾ ਪੀਂਦਾ ਹੈ, ਬਾਈ ਜੀ ਨਹੀਂ ਹੈ ਔਰ ਜੇ ਘਰ ਵੀ ਕਿਸੇ ਔਰ ਕਾ ਹੈ, ਤੇਰਾ ਘਰ ਨਹੀਂ ਹੈ ਤੋ ਮੈਂ ਇਸ ਘਰ ਪੇ ਕਿਉਂ ਰੁਕੂੰ, ਤੂਨੇ ਮੇਰੇ ਕੋ ਸਾਰਾ ਸੱਚ ਬੋਲ ਦਿਆ, ਹੁਣ ਨਾ ਲਈ ਕੰਜਰਾ ਦੇਖ ਲੈ ਕਰਤੂਤਾ, ਬੇ ਮੇਰੀ ਗੱਲ ਸੁਣ ਲੈ, ਇਹ ਤਾਂ ਜਿਹੜਾ ਕੁਛ ਹੈਗਾ ਹੈਗਾ, ਆਏ ਤਾਂ ਇਹ ਮੂਤ ਪੀ ਕੇ ਲੋਕਾਂ ਨੂੰ ਵੀ ਦੱਸੂਗਾ ਵੀ ਇਹ ਘਰ ਸਾਡਾ ਨਹੀਂ ਹੈਗਾ, ਸਾਡੇ ਨਾਂ ਨਹੀਂ ਹੈਗਾ, ਵੀ ਆਪਣੀ ਤਾਂ ਪੱਟੀ ਮੇਸ ਕਰਾਊਗਾ, ਕਾਨੂੰਨ ਟਿਕ ਜਾ ਟਲ ਜਾ ਬਈਓ ਟਲ ਜਾ, ਇੱਕ ਗੱਲ ਤਾਂ ਹੈਗੀ ਆ ਨਾ ਬਾਈ, ਕਹਿੰਦੇ ਦਾਰੂ ਪੀ ਕੇ ਬੰਦਾ ਸੱਚ ਤਾਂ ਬੋਲੇ ਦਿੰਦਾ, ਆਹ ਦੇਖ ਲੈ ਦਾਰੂ ਪੀਤੀ ਤੇ ਤਾਂ ਸੱਚ ਨੇ ਮਰਵਾਤੀ, ਮੈਨੂੰ ਲੱਗਦਾ ਬਡੇਰੂਆ ਤੈਨੂੰ ਦਾਗ ਦੇ ਕੇ ਘਰੋਂ ਕੱਢਣਾ ਪਊਗਾ, ਐ ਤੂੰ ਲੋਟ ਨਹੀਂ ਆਉਂਦਾ, ਮੂਤ ਹੈ ਮੇਰੇ ਸਾਲੇ, ਇਹ ਨਹੀਂ ਚੰਗਾ ਕੰਮ ਕਰਾ ਸਕਦਾ, ਖੜ ਜਾ ਬੜੀ ਕਰੋ, ਮੈਨੂੰ ਐ ਲੱਗਦਾ, ਅੱਛਾ ਮੈਂ ਪੜ੍ਹਨ ਤੋਂ ਮੈਨੂੰ ਗਾਹਾਂ, ਕਿੱਥੇ ਸੀ ਕਿ ਉਹਨੇ ਸਾਰਾ ਸੱਚ ਬੋਲਦੀ ਆ, ਮੈਂ ਤੋਂ ਤੇਰੇ ਦੋ ਕੁੜਤਾ ਪਜਾਮਾ, ਬਈ ਤੇਰੇ ਦੋ ਕੁੜਤੇ ਪਜਾਮੇ, ਉਹ ਤੋਂ ਲੈ ਗਈ ਹੁਣੀ ਭਾਬੀ ਕਾ ਸ਼ਾਲ, ਤੇਰੀ ਬਹੂ ਦੀ ਨਾ ਸਾਲ, ਬੇਟੇ ਜਾਣਿਆ ਮੈਂ ਕਹੀ ਹੁੰਦੀ ਆ ਮੇਰਾ ਲਾਲ ਜਾ ਸ਼ੋਲ ਨਹੀਂ ਦਿੰਦਾ, ਉਹ ਲੈ ਗਈ ਲੈ ਕੇ ਜਾ ਰਹੀ ਹੂੰ, ਔਰ ਕਿਸੇ ਬੜੇ ਸੇ ਸਰਦਾਰ ਕੋ ਢੂੰਡ ਕੇ ਸਾਦੀ ਬਣਾਊਂਗਾ, ਹੈ ਤੇਰੇ ਵਾਸਤੇ ਲਈ ਬੈਠੀ ਆ ਠੈਂਗਾ, ਲੈ ਲਈ ਤੁਮਾਰੀ ਨਹੀਂ ਕਿਸੇ ਅਮੀਰ ਸਰਦਾਰ ਕੋ ਢੂੰਡਤੀ ਹੋਈ ਪਿਆਰੀ ਪੁਸ਼ਪਾ, ਸਾਲਾ ਕੀ ਹੋ ਗਿਆ,